कैब मुलजमान वालों वारदात को अंजाम देने का एक जरिया भी बन गया। पूरा मामला की है रिपोर्ट च दिखाते हैं। शेयरिंग कैब जो आजकल हर रोज सफर करने वाले की जिंदगी का एक हिस्सा बन चुकी है, पर हुण इन कैब से भी वारदातों नूं अंजाम दिता जा रहा है। तस्वीरां च दिख रही है चिट्टे रंग की कार, जिसनूं एक निजी कंपनी के मैनेजर नरेंद्र कुमार दे वल्लों करनाल जाण लई बुक किया गया थी। पर इस कार दे विच लुट की वारदात नूं अंजाम दिता गया। पूरा सुनसान एरिया है, जंगल एरिया है, जिथे ला के जिहड़ा भी परसन बैठदा सी गड्डी च उन्होंने नाल लुट खो करते सीगे। तेज दर हथियार नाल उन्हां ते हमला करन दी या उन्होंने डरा धमका के सारी जिहड़ा भी जिन्हां कोल नकदी पैसा होर जिहड़ी गोल्ड दी चीजां है वह सारी लुट खो करके इथों फरार हो जाते। पूरा डेरा बसी का एरिया इंटरनल काफी आ के गड्डी ला के इथे ही लुट खो करते। दरअसल नरिंदर ने करनाल जाण दे लई कैब बुक की, जीरकपुर के सिंहपुरा चौक तो टैक्सी ते सवार होया। इस टैक्सी दे विच ड्राइवर समेत चार लोग पहला तो ही मौजूद सी, तीन लोग पीछे बैठे हुए सी ते नरिंदर कार दी अग्गे वाली सीट ते बैठ गया। चंडीगढ़ अंबाला मुख मार्ग तो जान दी बजाय ड्राइवर उसनू पिंडा दे रास्ते तो लै गया। सुनसान जगह ते पहुंचन तो बाद नरिंदर दे गल च उन्हां लोकां दे वल्लों तेज तार हथियार रखा गया ते हथियार दी नोक ते 1.5 लाख रुपए की लुट की गई ते 24,000 रुपए गूगल पे करवाए गए ते कुटमार करन तो बाद पीड़ित नु गड्डी तो बाहर सुट के मुलजम फरार हो गए। ਦੀ ਬੈਠੇ ਤਾਂ ਹੀ ਮੈਂ ਬੈਠ ਗਈ, ਤਿੰਨ ਬੰਦੇ ਪਿੱਛੇ ਬੈਠੇ ਹੋਏ ਸੀ, ਇੱਕ ਡਰਾਈਵਿੰਗ ਸੀਟ ਤੇ ਸੀਗਾ, ਮੈਨੂੰ ਅਸੀਂ ਇੱਕ ਸੀਟ ਖਾਲੀ ਹੈ, ਮੈਨੂੰ ਪਤਾ ਹੀ ਨਹੀਂ ਸੀਗਾ ਜੀ। ਓਕੇ, ਮੈਨੂੰ ਪਤਾ ਹੀ ਨਹੀਂ ਸੀ ਇਹ ਜਦੋਂ ਇੱਥੇ ਆ ਕੇ ਇਹਨਾਂ ਨੇ ਇਧਰ ਨੂੰ ਗੱਡੀ ਮੋੜੀ ਹੈ, ਮੈਨੂੰ ਉਦੋਂ ਵੀ ਨਹੀਂ ਸ਼ੱਕ ਹੋਇਆ। ਜਦੋਂ ਸ਼ਮਸ਼ਾਨ ਘਾਟ ਕੋਲ ਜਾ ਕੇ ਇਹਨਾਂ ਨੇ ਮੇਰੇ ਗਲੇ ਨਾਲ ਲਾਇਆ, ਮੈਨੂੰ ਤਾਂ ਉਦੋਂ ਕਲੀਅਰ ਹੋਈ ਪਿਕਚਰ ਸਾਰੀ ਵੀ ਇਹ ਮੇਰੇ ਨਾਲ ਕੀ ਬਣ ਗਿਆ। ਤੇ ਉੱਥੇ ਹੀ ਪੁਲਿਸ ਨੇ ਦੱਸਿਆ ਕਿ 15 ਦਿਨਾਂ 'ਚ ਇਹ ਦੂਜੀ ਵਾਰਦਾਤ ਹੈ। ਜਾਣਕਾਰੀ ਦੇ ਮੁਤਾਬਕ ਮੁਲਜ਼ਮ ਨਸ਼ੇ ਦੇ ਆਦੀ ਨੇ ਤੇ ਆਪਣੀ ਲੋੜਾਂ ਨੂੰ ਪੂਰੀ ਕਰਨ ਦੇ ਲਈ ਉਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਜ਼ੀਰਕਪੁਰ ਤੋਂ ਡੇਰਾ ਬੱਸੀ ਵਾਲੇ ਸਾਈਡ ਐਂਟਰ ਕਰਦੇ ਹੀ ਇੱਕ ਸੁਨਸਾਨ ਏਰੀਆ ਹੈ ਜੋ ਕਿ ਹਾਈਵੇ ਤੋਂ ਤੁਸੀਂ ਦੇਖਿਆ ਹੀ ਆਂਦੇ ਆਂਦੇ ਕੁਝ ਤਕਰੀਬਨ 2-2.5 ਕਿਲੋਮੀਟਰ ਅੰਦਰ ਆ ਕੇ ਹੈ। ਇਹ ਸ਼ਮਸ਼ਾਨ ਘਾਟ ਦੇ ਕੋਲ ਜਿੱਥੇ ਆਪਾਂ ਖੜੇ ਆ, ਇੱਥੇ ਉਸ ਬੰਦੇ ਨਾਲ ਖੋਹ ਦੀ ਜਿਹੜੀ ਉਹਨਾਂ ਦੀ ਸਾਜਿਸ਼ ਹੁੰਦੀ ਸੀਗੀ ਉਹਨੂੰ ਅੰਜਾਮ ਦਿੰਦੇ ਸੀਗੇ, ਉਸ ਤੋਂ ਪੈਸੇ ਐਕਸਟ੍ਰਾਟ ਕਰਦੇ ਸੀਗੇ ਐਂਡ ਫਿਰ ਉਹਨੂੰ ਛੱਡ ਕੇ ਅੱਗੇ ਆਪਣੇ ਟਿਕਾਣੇ ਤੇ ਜਾਂਦੇ ਸੀਗੇ। ਸਰ ਇਹ ਪੂਰਾ ਕਿਉਂਕਿ ਹਾਈਵੇ ਤੇ 2-2.5 ਕਿਲੋਮੀਟਰ ਅੰਦਰ ਦਾ ਏਰੀਆ, ਪੂਰਾ ਖਾਲੀ ਏਰੀਆ, ਇਹ ਕਿੰਨੀ ਕੁ ਵਾਰਦਾਤਾਂ ਨੂੰ ਅੰਜਾਮ ਦਿੱਤਾ, ਫਿਰ ਪੁਲਿਸ ਕਿਸ ਤਰ੍ਹਾਂ ਉੱਥੇ ਤੱਕ ਪਹੁੰਚੀ? ਸਾਡੇ ਇੱਥੇ 2 FIRs ਰਜਿਸਟਰ ਨੇ ਇਹਨਾਂ ਦੀ ਇਦਾਂ ਦੀ ਵਾਰਦਾਤ ਨੂੰ ਲੈ ਕੇ, ਠੀਕ ਹੈ, ਐਂਡ ਅਸੀਂ ਤਫਤੀਸ਼ ਕਰਦੇ ਹੋਏ ਬਹੁਤ ਸਾਰੇ ਐਂਗਲਸ ਤੇ ਸੀਸੀਟੀਵੀ ਕੈਮਰਾਸ ਤੇ ਟੈਕਨੀਕਲੀ ਇਸ ਚੀਜ਼ ਨੂੰ ਵਾਚਿਆ, ਠੀਕ ਹੈ। ਵਾਚਣ ਤੋਂ ਫਿਰ ਅਸੀਂ ਸਭ ਤੋਂ ਪਹਿਲਾਂ ਤਾਂ ਗੱਡੀ ਆਈਡੈਂਟੀਫਾਈ ਕੀਤੀ ਹੈ, ਠੀਕ ਹੈ, ਐਂਡ ਉਸ ਤੋਂ ਬਾਅਦ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਰਾ ਗੈਂਗ ਅਸੀਂ ਅਰੈਸਟ ਕੀਤਾ। ਤਾਂ ਪੁਲਿਸ ਵੱਲੋਂ ਹੁਣ ਇਸ ਗੈਂਗ ਦਾ ਪਰਦਾ ਫਾਸ਼ ਕੀਤਾ ਗਿਆ ਤੇ ਮਹਿਲਾ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਲੋੜ ਹੈ ਸਾਵਧਾਨ ਹੋਣ ਦੀ, ਤਾਂ ਕਿ ਥੋੜੇ ਜਿਹੇ ਘੱਟ ਪੈਸੇ ਖਰਚਣ ਦੇ ਚੱਕਰ 'ਚ ਤੁਸੀਂ ਵੀ ਕਿਤੇ ਲੁੱਟ ਦਾ ਸ਼ਿਕਾਰ ਨਾ ਹੋ ਜਾਵੋ। ਮੋਹਾਲੀ ਤੋਂ ਮਨੋਜ ਰਾਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਬਟਾਲਾ 'ਚ ਭਾਜਪਾ ਆਗੂ ਦੇ ਘਰ ਤੇ ਅਟੈਕ ਹੋਇਆ, ਹਥਿਆਰਾਂ ਨਾਲ ਲੈਸ ਹੋ ਕੇ ਬਦਮਾਸ਼ ਘਰ ਦੇ ਅੰਦਰ ਗਏ, ਭੰਨਤੋੜ ਕੀਤੀ ਤੇ ਫਰਾਰ ਹੋ ਗਏ। ਤਿੰਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਘਰ ਦੇ ਬਾਹਰ ਪਹੁੰਚੇ ਇਹ ਨਕਾਬਪੋਸ਼, ਜਿਨ੍ਹਾਂ ਦੇ ਹੱਥਾਂ 'ਚ ਹਥਿਆਰ ਨੇ ਤੇ ਘਰ 'ਚ ਦਾਖਲ ਹੁੰਦੇ ਨੇ ਤੇ ਘਰ ਦੇ ਅੰਦਰ ਖੜੇ ਮੋਟਰਸਾਈਕਲ ਦੀ ਭੰਨਤੋੜ ਕਰਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ। ਤਸਵੀਰਾਂ ਬਟਾਲਾ ਦੇ ਬੇਰੀਆਂ ਮੁਹੱਲਾ ਦੀਆਂ ਨੇ ਤੇ ਇਹ ਘਰ ਬੀਜੇਪੀ ਆਗੂ ਤੇ ਸਾਬਕਾ ਕੌਂਸਲਰ ਜਤਿੰਦਰ ਪਰਦੇਸੀ ਦਾ, ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਭਾਜਪਾ ਆਗੂ ਦਾ ਇਸ ਮਾਮਲੇ 'ਚ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਉੱਥੇ ਹੀ ਉਹਨਾਂ ਨੇ ਦਿਨੋ ਦਿਨ ਵੱਧ ਰਹੀ ਗੁੰਡਾਗਰਦੀ ਤੇ ਵੀ ਸਵਾਲ ਚੁੱਕੇ ਨੇ। ਕਹਿੰਦੇ ਸਾਡੇ ਘਰ ਦੇ ਅੰਦਰ ਆ ਕੇ 4 ਜਣੇ, 2 ਜਣੇ ਪਿੱਛੇ ਸੀ, 2 ਜਣੇ ਅੱਗੇ ਸੀ। ਉਹ ਦਾਤਰਾ ਨਾਲ ਮੋਟਰਸਾਈਕਲ ਖੜਾ ਸੀ, ਉੱਤੇ ਮਾਰਨ ਦੇ ਸੀ, ਮਤਲਬ ਕਿਸੇ ਨੇ ਰਾਡ ਫੜੀ ਦੀ, ਕਿਸੇ ਨੇ ਦਾਤਰਾ ਫੜੀ ਦਾ ਸੀ, ਅਤੇ 3 ਜਣੇ ਪਿੱਛੇ ਖੜੇ ਸੀ ਅਤੇ 3 ਮੋਟਰਸਾਈਕਲਾਂ 'ਤੇ ਆਏ ਨੇ, ਟੋਟਲ 7 ਜਣੇ ਸੀ। ਅਤੇ ਬਸ ਫਿਰ ਉਹ ਜਦੋਂ 5-10 ਮਿੰਟ 'ਚ ਹੀ ਉਹ ਮਤਲਬ ਕਰਕੇ ਰਾਡਾਂ ਨਾਲ ਮੋਟਰਸਾਈਕਲ ਦੇ ਹਮਲਾ 'ਤੇ ਮਤਲਬ ਚੱਲ ਗਏ ਘਰ ਦੇ ਅੰਦਰ ਆ ਕੇ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਸੀ ਮਤਲਬ ਅਸੀਂ ਉਹਦੇ ਘਰ ਕੋਈ ਅਣ ਛਾਤੀ ਕਦੇ ਵਰਤੀ ਆ ਗਏ ਪੈ ਗਿਆ, ਇਹਨਾਂ ਦਫਤਰਾਂ ਦੇ ਵਾਰ ਕੀਤੇ, ਪਰ ਮੂੰਹ ਬੰਨੇ ਸੀ ਉਹਨਾਂ ਨੇ, ਇਹ ਮੌਕਾ ਹੀ ਵੇਖਿਆ ਵਾ
पुलिस नु चाहिदा है कि इन्हां अंसरां दे खिलाफ सख्त कार्रवाई करे ताकि इलाके दे लोग शांति नाल रह सकन। बटाला तो नितिन लूथरा दी रिपोर्ट, न्यूज 18 पंजाब। खबर करनाल तो जिथे कल्पना चावला अस्पताल च डॉक्टरों की आपस च लड़ाई हो गई, जिस च दो तीन व्यक्ति जख्मी हो गए, एक कार दे भी शीशे तोड़ दिते गए। कार के टुटे हुए शीशे ते अंदर पई ए इट गवाही भरती है उस हंगामे की जो करनाल की कल्पना चावला मेडिकल कॉलेज दे विच होया। ए विवाद मरीज के किसी रिश्तेदारा ने नहीं सगो कॉलेज के ही MBBS इंटर्न और जूनियर रेजिडेंट डॉक्टर के विचाले होया, जिसका कारण कार पार्किंग लैके पैदा होया विवाद से, जिसन लैके डॉक्टर आपस के भिड़ गए थे, एक दूजे के इटा पत्थर के नाल हमला कर दिता। विवाद के दौरान दो तीन व्यक्ति जख्मी हुए ने कार के शीशे भी टुट गए। हंगामा होने तो बाद सिक्योरिटी नोडल अधिकारी भी मौके पर पहुंचे तो लड़ाई का कारण कार पार्किंग दसिया। वो निकाल रहे होंगे, नहीं निकली है तो गाड़ी को लेके हुआ है, दोनों कार पार्किंग को लेकर झगड़ा हुआ है। तो सिक्योरिटी वाले थे उस समय? सिक्योरिटी वाले थे, तो उन्होंने बीच बचाव भी किया बताते हैं? वालों ने बीच बचाव भी किया है, मैं बीइंग ए सिक्योरिटी नोडल ऑफिसर मैं भी आया हूँ। तो लाठी डंडे वगैरह कहाँ से लेके आए? कोई लाठी वगैरह भी थी नहीं? लाठी डंडे वगैरह मैंने ली। उधर पुलिस ने कार पार्क करने लैके लड़ाई होने तो इनकार किया है, कहा कि डॉक्टर ने जन्मदिन की पार्टी च पहला शराब पीती, किसी गल नू लैके विवाद होने तो बाद इन्हां दी आपस च लड़ाई हो गई, जिस कारण गड्डियां दे भी शीशे तोड़ दिते गए। 4 बजे जो है दारू पी रहे थे, दारू पी के इनका आपसी झगड़ा था डॉक्टरों का, जो है जो अपने जो नए डॉक्टर है इनका सारों का जो है झगड़ा हुआ है, और झगड़ा करके फिर रात को जब 112 आ गई फिर ये शांत हो गए। उसके बाद 6 बजे फिर शुरू कर दिया इन्होंने जो है, फिर इन्होंने शीशे वगैरह सब तोड़ दिए जो है। कितनी गाड़ियों के शीशे तोड़े हैं? एक के तोड़े हैं। तो डॉक्टर स्टूडेंट्स हैं सभी? हाँ, सारे स्टूडेंट हैं। तो कोई बर्थडे पार्टी थी किसी की? पता नहीं, आपस में ही दारू पी रहे थे अपने इधर क्वार्टरों में ही जो है। तो देखा है किसी ने दारू पीते हुए? आरोप है नहीं, वो नजर आ रहा था हमने तो जो है जब हल्ला कर रहे थे मैं जो है। और गाड़ी पार्किंग को लेकर कोई झगड़ा हुआ है? नहीं, पार्किंग को नहीं है, तो आपस में जब जा रहे थे जब आपस में झगड़ा हुआ इनका जाते समय। दोहां तिरां दे विचों किसी ने भी पुलिस दे कोल शिकायत दर्ज नहीं कराई। खैर, इस विवाद का कारण भावे कुछ भी रहा होए, पर डॉक्टरों दे वलों इस तरह लड़ाई करना अपने आप दे विच चिंता दा विषय। करनाल तो हिमांशु नारंग, न्यूज 18 पंजाब। अबोर दे पिंड किक्कर खेड़ा च जमीनी विवाद नूं लैके दो तिरामों सामने हो गई, जिस च एक औरत समेत 5 व्यक्ति जख्मी हो गए। विवाद दीआं लाइव वीडियोस सामने आईआं ने। वीडियो च हुंदे टकराव तों अंदाजा लगता है कि विवाद जमीनी है ते मसला कंडियाली तार नूं लाउण ते फिर वड्ढण ते हो रिहा है। उधर वार लगी है, इधर साडी कंध है। ਅਸੀਂ ਜਗ੍ਹਾ 'ਚ ਕੰਮ ਕਰਦੇ ਸੀਗੇ, ਸਾਡੇ 'ਤੇ ਨਾਲ ਗੁੰਡਿਆਂ ਨੇ ਆ ਕੇ ਸਾਡੇ 'ਤੇ ਹਮਲਾ ਕਰਤਾ। ਮੇਰੇ ਭਰਾ ਹਰਮਨਦੀਪ ਦੇ ਕੁਹਾੜੀ ਮਾਰੀ ਮੂੰਹ 'ਤੇ, ਅਤੇ ਮੇਰੀ ਮਾਤਾ ਹਰਜੀਤ ਕੌਰ ਦੇ ਵੀ ਕੁਹਾੜੀ ਮਾਰੀ ਜੀ। ਸੁਬਾ ਸਿੰਘ ਨੇ ਮੇਰੀ ਮਾਂ ਨੂੰ ਗੱਲ ਕੱਢੀ, ਕਹਿੰਦੇ ਇੱਟ ਵੀ ਚੱਕੀ ਸੀਗੀ ਅਤੇ ਕਹਿੰਦੇ ਜਦੋਂ ਬਚਾਉਣ ਵਾਸਤੇ ਅਸੀਂ ਗਏ ਤਾਂ ਮੇਰੇ ਉਹਦੇ ਸੂਬੇ ਦੇ ਮੁੰਡੇ ਨੇ ਮੇਰੇ ਕੁਹਾੜੀ ਮਾਰੀ ਮੋਢੇ 'ਤੇ, ਅਤੇ ਜਦੋਂ ਉਹਨੇ ਥੋੜ੍ਹੀ ਦੇਰ ਬਾਅਦ ਉਹਨੇ ਮੇਰੇ ਨੱਕ 'ਤੇ ਕੁਹਾੜੀ ਮਾਰੀ, ਫਿਰ ਮੈਨੂੰ ਪਤਾ ਹੀ ਨਹੀਂ। विवाद अबोहर के पिंड किक्कर खेड़ा दे विच होया, जिथे दो तरह सूबा सिंह अते हरमनदीप सिंह जमीन नूं लैके आमो सामने हो गए। साडे खेत दे विवाद दी तार लगी, तार इह पहलां इह दूजी तर वढ के लै गई, जे असीं अज लाउण लगे तां अज साडे इहनां ने सट्टां मारियां, डांगां लगे, सारा टब्बर पै गया, 8-10 बंदे इकट्ठे हो के पै गए, साडे सट्टां मारियां। जगह दा कोई रौला नहीं? जगह दा कोई रौला नहीं, जगह इहनां दे कोले साडा खाल हैगा जी, साडी खाल ते तार लगी, तार इह वढ के लै गई।
ਅਸੀਂ ਜਗ੍ਹਾ ਲਈ ਸੀਗੀ ਉਹਨਾਂ ਦੇ ਭਰਾ ਤੋਂ ਅਤੇ ਉਹਨਾਂ ਨੇ ਕੇਸ ਲਾਇਆ ਸੀ ਸਾਡੇ 'ਤੇ ਅਸੀਂ ਦੋ ਵਾਰੀ ਕੇਸ ਜਿੱਤ ਚੁੱਕੇ ਹਾਂ ਪਰ ਤਾਂ ਵੀ ਸਾਡੇ ਨਾਲ ਧੱਕਾ ਮੁੱਕੀ ਕਰ ਰਹੇ ਸੀਗੇ ਉਹ ਤਾਂ ਕਹਿ ਰਹੇ ਸਾਡੇ ਖੇਤ ਵਿੱਚ ਤਾਰ ਲਾ ਰਹੇ ਸੀ ਕੋਈ ਪਸ਼ੂਆਂ ਨੂੰ ਲੈ ਕੇ ਜੀ ਨਹੀਂ ਉਹ ਬਿਲਕੁਲ ਝੂਠ ਮਾਰ ਰਹੇ ਜੀ ਆਪਸੀ ਝਗੜੇ ਦੌਰਾਨ ਇੱਕ ਔਰਤ ਦੇ ਸਮੇਤ ਪੰਜ ਵਿਅਕਤੀ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਸੁਬਹ 5 ਕੇਸ ਆਇਆ ਕਿੱਕਰ ਗੇੜਾ ਸੇ ਉਸਮੇ ਸੇ ਇੱਕ ਮਹਿਲਾ ਹੈ ਉਨ ਪਾਂਚੋਂ ਮੇ ਸੇ ਤੋ ਵੋ ਉਨਮੇ ਸੇ ਸਬਕੇ ਹਮਨੇ ਪਰਚੇ ਕਾਟ ਕੇ ਪੁਲਿਸ ਕੋ ਭੇਜ ਦਿਆ ਜਿਨਮੇ ਸੇ ਇੱਕ ਪਰਚਾ ਹਮਨੇ ਫਰਦਰ ਹਮਨੇ ਰੈਫਰ ਕੀਆ ਫਰੀਦਕੋਟ ਮੇ ਖੈਰ ਦੋਵੇਂ ਧਿਰਾਂ ਨੇ ਆਪੋ ਆਪਣਾ ਪੱਖ ਰੱਖਿਆ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਫ਼ ਹੋ ਪਾਏਗਾ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਅਬੋਹਰ ਤੋਂ ਪ੍ਰਦੀਪ ਕੁਮਾਰ ਨਿਊਜ਼ 18 ਪੰਜਾਬ ਤੇ ਗੱਲ ਕਰਦੇ ਹਾਂ ਲੁਧਿਆਣਾ ਦੀ ਜਿੱਥੇ 2017 ਚ ਹੋਏ ਕਤਲ ਮਾਮਲੇ ਚ 6 ਸਾਲ ਬਾਅਦ ਪੀੜਤਾਂ ਨੂੰ ਇਨਸਾਫ਼ ਜ਼ਰੂਰ ਮਿਲਿਆ ਪਰ ਪਰਿਵਾਰ ਦੇ ਜ਼ਖਮ ਹਾਲੇ ਵੀ ਅੱਲੇ ਨੇ ਅੱਖਾਂ 'ਚ ਹੰਝੂ ਤੇ ਚਿਹਰੇ ਤੇ ਉਦਾਸੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਉਸ ਪਤਨੀ ਤੇ ਮਾਂ ਦਾ ਦਰਦ ਜਿਨ੍ਹਾਂ 'ਚੋਂ ਕਿਸੇ ਨੇ ਆਪਦਾ ਪਤੀ ਖੋਇਆ ਤੇ ਕਿਸੇ ਨੇ ਆਪਣਾ ਪੁੱਤ ਤੇ ਕਿਸੇ ਨੇ ਪਿਓ ਘਟਨਾ ਨੂੰ ਬੇਸ਼ੱਕ 6 ਸਾਲ ਬੀਤ ਗਏ ਪਰ ਪਰਿਵਾਰ ਅਜੇ ਵੀ ਉਸ ਮੰਜ਼ਰ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ ਪਰ ਬੀਤੇ ਦਿਨੀ ਅਦਾਲਤ ਦੇ ਵੱਲੋਂ ਫੈਸਲਾ ਸੁਣਾਉਣ ਤੋਂ ਬਾਅਦ ਹੁਣ ਇਨਸਾਫ਼ ਮਿਲਣ ਤੇ ਪਰਿਵਾਰ ਸੰਤੁਸ਼ਟ ਹੈ ਮੈਂ ਬਹੁਤ ਸੰਤੁਸ਼ਟ ਹਾਂ ਮੈਨੂੰ ਇੰਨੀ ਵਧੀਆ ਫੀਲਿੰਗ ਆਈ ਹੈ ਕਿ ਵੀ ਸਾਡੇ ਹੱਕ ਵਿੱਚ ਫੈਸਲਾ ਹੋਇਆ ਵੀ ਅੱਜ ਮੈਨੂੰ ਬਹੁਤ ਸ਼ਾਂਤੀ ਮਿਲੀ 3 ਅਕਤੂਬਰ 2017 ਦਾ ਇਹ ਮਾਮਲਾ ਜਦੋਂ ਲੁਧਿਆਣਾ 'ਚ ਫੈਕਟਰੀ 'ਚ ਜ਼ਬਰਦਸਤੀ ਵੜ ਕੇ 20 ਤੋਂ 25 ਦੇ ਕਰੀਬ ਨੌਜਵਾਨਾਂ ਦੇ ਵੱਲੋਂ ਗੁਰਪਾਲ ਸਿੰਘ ਦਾ ਹਥੌੜੇ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਦਾਲਤ ਨੇ ਇਸ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ 17 ਦੋਸ਼ੀਆਂ 'ਚੋਂ 15 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਨ੍ਹਾਂ 'ਚੋਂ ਇੱਕ ਨੂੰ ਬਰੀ ਕਰ ਦਿੱਤਾ ਗਿਆ ਤੇ ਇੱਕ ਭਗੌੜਾ ਦੱਸਿਆ ਜਾ ਰਿਹਾ ਤੇ ਬਾਕੀ 15 ਦੋਸ਼ੀਆਂ ਨੂੰ 20,000 ਰੁਪਏ ਜੁਰਮਾਨਾ ਲਾਇਆ ਗਿਆ ਤੇ ਉੱਥੇ ਹੀ ਮ੍ਰਿਤਕ ਦੇ ਭਰਾਵਾਂ ਵੱਲੋਂ ਵੀ ਇਨਸਾਫ਼ ਮਿਲਣ ਤੇ ਖੁਸ਼ੀ ਜਤਾਈ ਗਈ ਹੈ ਤੇ ਦੂਜੇ ਪਾਸੇ ਭਾਵੁਕ ਹੁੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਇਸ ਕਤਲ ਦੀ ਵਜ੍ਹਾ ਕੀ ਸੀ ਉਹ ਵੀ ਦੱਸੀ ਹੈ ਇਹ ਕਿਤੇ ਮੁੰਡਾ ਜਿਹੜਾ ਸਾਡੇ ਕੰਮ ਕਰਦਾ ਸੀ ਇਹ ਮੇਰਾ ਬੇਟਾ ਜਿਹੜਾ ਪੂਰਾ ਹੋ ਗਿਆ ਇਹ ਦਾੜੀ ਕਟਾ ਕੇ ਅੰਦਰੋਂ ਆ ਰਿਹਾ ਸੀ ਟੈਂਕੀ ਕੋਲ ਉਹ ਮੁੰਡੇ ਨੂੰ ਮਾਰ ਰਿਹਾ ਸੀ ਵੀ ਸਾਨੂੰ ਸਿਗਰਟਾਂ ਲਿਆ ਕੇ ਦੇ ਉਹ ਕਹਿੰਦਾ ਮੈਂ ਨਹੀਂ ਲਿਆਉਣੀ ਉਹਨੂੰ ਇਹਨੂੰ ਦੇਖਿਆ ਵੀ ਨਹੀਂ ਵੀ ਉੱਥੇ ਉਹ ਬੈਠੇ ਆ ਉਹਨੂੰ ਪਿੱਛੇ ਉਹ ਮੁੰਡੇ ਨੇ ਹਾਕ ਮਾਰੀ ਵੀਰੇ ਮੈਨੂੰ ਬਚਾ ਲਾ ਵੀਰੇ ਮੈਨੂੰ ਬਚਾ ਲਾ ਇਹ ਕੋਲ ਗਿਆ ਉਹਨੂੰ ਛਡਾ ਕੇ ਘਰ ਨੂੰ ਆ ਗਿਆ ਲੈ ਉਹ ਉਹਨਾਂ ਨੂੰ ਉੱਥੇ ਕੋਲੇ ਘਰ ਵਾ 27 ਨੰਬਰ ਗਲੀ ਜਿਹਨੂੰ ਉੱਥੇ ਛੱਡਿਆ ਆਪ ਘਰ ਨੂੰ ਆ ਗਿਆ ਬਾਅਦ ਵਿੱਚ ਹੋਇਆ ਵੀ ਤੁਸੀਂ ਉਹਨੂੰ ਕਿਉਂ ਛਡਾਇਓ ਕਹਿੰਦਾ ਕੀ ਗੱਲ ਸਾਡਾ ਵਰਕਰ ਆ ਸੈਣੀ ਭਰਾ ਆ ਬਈ ਫਿਰ ਕੀ ਹੋਇਆ ਬੱਚਾ ਤੁਸੀਂ ਐਡੇ ਨੂੰ ਮਾਰਦੇ ਚੰਗੀ ਗੱਲ ਨਹੀਂ ਹੈਗੀ ਬਸ ਉਹ ਹੀ ਖੁੰਦਕ ਰੱਖੀ ਉਹਨੇ ਉਸ ਦਿਨ ਤਾਂ ਮਹਿਲੀ ਖਬਰ ਵੀ ਨਸੇ ਵੀ ਆਹ ਕੰਮ ਕਰਨਗੇ ਤਾਂ ਆਖਰ ਪਰਿਵਾਰ ਨੂੰ ਇਨਸਾਫ਼ ਮਿਲ ਗਿਆ ਜਿੱਥੇ ਹੁਣ ਪਰਿਵਾਰ ਖੁਸ਼ ਹੈ ਉੱਥੇ ਹੀ ਇਸ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਵੀ ਪਿਆ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਨਿਊਜ਼ 18 ਪੰਜਾਬ ਪਰਿਵਾਰ ਤੇ ਸਮਾਜ 'ਚ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਧੀਆਂ ਆਰਥਿਕ ਪੱਖੋਂ ਵੀ ਪਰਿਵਾਰਾਂ ਨੂੰ ਡੋਲਣ ਨਹੀਂ ਦਿੰਦੀਆਂ ਪਠਾਨਕੋਟ ਦੀ ਧੀ ਪਰਿਵਾਰ ਦੀ ਆਰਥਿਕ ਮਦਦ ਲਈ ਈ ਰਿਕਸ਼ਾ ਲੈ ਕੇ ਸੜਕਾਂ 'ਤੇ ਉਤਰੀ ਹੈ ਰਿਪੋਰਟ ਦੇਖੋ ਅੱਜ ਦੇਸ਼ ਦੀਆਂ ਸਰਕਾਰਾਂ ਵੱਲੋਂ ਵੂਮੈਨ ਇੰਪਾਵਰਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਤੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅਜਿਹੀ ਇੱਕ ਔਰਤ ਨੂੰ ਵੇਖਣ ਨੂੰ ਮਿਲੀ ਹੈ ਜਿਹੜੀ ਆਪਣੇ ਪਰਿਵਾਰ ਦੇ ਸਹਿਯੋਗ ਦੇ ਲਈ ਬਾਹਰ ਨਿਕਲੀ ਹੈ ਹੁਣ ਤੱਕ ਸਮਾਜ ਵੀ ਇਸ ਗੱਲ ਨੂੰ ਸਮਝ ਚੁੱਕਿਆ ਹੈ ਕਿ ਮਹਿੰਗਾਈ ਦੇ ਦੌਰ ਦੇ ਵਿੱਚ ਮਰਦ ਅਤੇ ਔਰਤ ਦੋਵਾਂ ਨੂੰ ਇਕੱਠੇ ਹੋ ਕੇ ਹਰ ਪੱਖ ਤੋਂ ਚੱਲਣਾ ਪੈਂਦਾ ਹੈ ਤਾਂ ਹੀ ਸੁਖਦ ਅਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ ਇਹ ਹੈ ਪਠਾਨਕੋਟ ਦੀ ਅਨੂ ਜੋ ਘਰ ਦੀਆਂ ਲੋੜਾਂ ਨੂੰ ਸਮਝਦੇ ਹੋਏ ਖੁਦ ਈ ਰਿਕਸ਼ਾ ਲੈ ਕੇ ਸੜਕਾਂ ਤੇ ਉਤਰੀ ਹੈ ਮੇਰੇ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਆ ਤੇ ਹਸਬੈਂਡ ਮੇਰਾ ਸਬਜ਼ੀ ਦਾ ਕੰਮ ਕਰਦੇ ਆ ਤੇ ਮੈਂ ਆਟੋ ਚਲਾਉਂਦੀ ਹਾਂ ਸ਼ੌਂਕ ਹੈ ਆਪਣਾ ਅਨੂ ਦਾ ਪਤੀ ਸਬਜ਼ੀ ਦਾ ਕੰਮ ਕਰਦਾ ਤੇ ਅਨੂ ਦੇ 2 ਬੱਚੇ ਨੇ ਅਨੂ ਨੇ ਹੋਰਨਾਂ ਕੁੜੀਆਂ ਨੂੰ ਵੀ ਸੁਨੇਹਾ ਦਿੱਤਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਚਲੋ ਇਹ ਹੈ ਕਿ ਮੇਰਾ ਮੈਸੇਜ ਇਹ ਹੈ ਔਰਤਾਂ ਨੂੰ ਉਹ ਵੀ ਘਰੋਂ ਨਿਕਲਣ ਥੋੜਾ ਉਹ ਵੀ ਸਹਿਯੋਗ ਕਰਨ
क्योंकि कई तो चलो जिहड़ियां बेचारियां जनानियां कल्लियां रहिंदियां बेचारियां वो भी कोई काम कर सकन बाहर निकल के।